ਨਿਸ਼ਾਨੀ ਸੀ। ਮੈਂ ਕੱਲ ਦੁਗਲਾਂ ਦੀ ਚੱਕ ਚੱਕ ਗਿਆ, ਮੈਨੂੰ ਯਾਦ ਆਇਆ ਪਹਿਲੀ ਤਕਰੀਰ ਉਸ ਉੱਤੇ ਕੀਤੀ ਸੀ ਤੇ ਬਸ ਇਹ ਜ਼ਿੰਦਗੀ ਅਸੀਂ ਤੇ ਦੋ ਤਰ੍ਹਾਂ ਅਸਾਂ ਅਸੀਂ ਤਾਂ ਸਿਰਫ ਔਰ ਸਿਰਫ ਖੁਸ਼ੀਆਂ ਵੇਖ ਕੇ ਖੁਸ਼ ਹੋਣਾ ਲੈ ਸਾਡਾ ਕਦੀ ਵਿਚਾਰ ਨਹੀਂ ਸੀ ਕਿ ਅਸੀਂ ਇੱਥੇ ਖੜੀਏ। ਸਾਡਾ ਸਰਦਾਰ ਹੋਈ ਸੀ, ਅਸੀਂ ਹਮੇਸ਼ਾ ਉਸ ਦੇ ਪਿੱਛੇ ਖੜੋਤੇ। ਮੀਆਂ ਇਰਫਾਨ ਮੈਨੂੰ ਗੱਲ ਕੀਤੀ, ਮੈਨੂੰ ਕਹਿੰਦੇ ਨੇ ਸਾਨੂੰ ਘਰ ਨੂੰ ਬਚਾਉਣਾ ਹੈ, ਸਾਨੂੰ ਖਾਨਦਾਨ ਨੂੰ ਬਚਾਉਣਾ ਹੈ। ਔਰ ਮੈਂ ਇਲੈਕਸ਼ਨ 'ਚ ਖਲੋਣਾ ਚਾਹੁੰਦਾ। ਮੈਂ ਇਸ ਨੂੰ ਕਿਹਾ ਮੁਸ਼ਕਿਲ ਕੰਮ, ਕਹਿੰਦੇ ਭਾਈ ਸਿਰਫ ਆਪ ਹੀ ਦੋ ਤਰੇ, ਸਿਰਫ ਤੁਹਾਨੂੰ ਹੀ ਲੁੱਟਣ ਅਤੇ ਦੌਲਤਾਬਾਦ ਨਾਲ ਪਿਆਰ ਹੈ। ਮੈਂ ਕਹਿੰਦਾ ਨਹੀਂ, ਕਹਿੰਦੇ ਮੇਰਾ ਮੈਂ ਵੀ ਕਰਨਾ ਚਾਹੁੰਦਾ, ਮੈਂ ਆਪਣਾ ਹਿੱਸਾ ਪਾਉਣਾ ਚਾਹੁੰਦਾ। ਇਹ ਕੋਈ ਸ਼ੌਕ ਨਹੀਂ ਰੱਖਦਾ, ਬਚਪਨ ਤੋਂ ਕਹਿੰਦਾ ਆ ਰਿਹਾ ਸਭ ਕੁਛ। ਮੈਂ ਸਲਾਮ ਕਰਨਾ ਛੋਟੇ ਭਾਈ ਨੂੰ ਜਿਹੜਾ ਆਪਣੀ ਜ਼ਿੰਮੇਵਾਰੀ ਔਰ ਅਹਿਸਾਸ ਕਰਦੇ ਆਪਣੇ ਘਰ ਦੀ ਖਿਦਮਤ ਕਰਨ ਵਾਸਤੇ ਆਇਆ। ਅਸੀਂ ਉਹ ਖਿਲਾਫ